ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਸਾਡੇ ਪਿੰਡ ਰਾਪਰ ਦੇ ਵਿੱਚ ਪਹੁੰਚੇ ਸੀ। ਸਾਨੂੰ ਪਤਾ ਲੱਗਾ ਸੀ ਇਹ ਬੱਚਾ ਜਿਹੜਾ ਕਾਫੀ ਟਾਈਮ ਤੋਂ ਬਿਮਾਰ ਹੈ, ਜਿਹਨਾਂ ਸਿਰ ਦੀਆਂ ਜਿਹੜੀਆਂ ਨਾੜਾਂ ਬਲੌਕ ਹੋ ਗਈਆਂ ਸੀ। ਉਸ ਤੋਂ ਬਾਅਦ ਇਹਦਾ ਟ੍ਰੀਟਮੈਂਟ ਪੂਰਾ ਹੋ ਨਹੀਂ ਸਕਿਆ, ਘਰ ਦੇ ਜਿਹੜੇ ਆਰਥਿਕ ਜਿਹੜੀ ਤੰਗੀ ਕਰਕੇ ਇਹਦਾ ਪੂਰਾ ਟ੍ਰੀਟਮੈਂਟ ਨਹੀਂ ਹੋ ਸਕਿਆ। ਇਹਦੇ ਨਾਲ ਪਏ ਪਏ ਦੇ ਲਾਗੇ ਲੱਗ ਗਏ। ਤੁਹਾਨੂੰ ਦਿਖਾਉਂਦੇ ਹਾਂ, ਜਿਹੜਾ ਦਿਖਾਓ ਜੀ ਆਪਾਂ ਵਿਚਾਰੇ ਦੇ ਜ਼ਖਮ ਜਿਹੜੇ ਬਹੁਤ ਨੇੜੇ ਗਏ, ਬਹੁਤ ਜ਼ਿਆਦਾ ਜ਼ਖਮ ਹੋ ਗਏ। ਪਿੱਛੇ ਹੈ, ਦੂਜੀ ਸਾਈਡ ਵੀ ਹੈ, ਕਾਫੀ ਜ਼ਖਮ ਹੋ ਗਏ। ਬਸ ਠੀਕ ਹੈ, ਬਸ ਹੁਣ ਸਮੱਸਿਆ ਇਹ ਆ ਰਹੀ ਹੈ ਕਿ ਇਹ ਬੱਚੇ ਦਾ ਓਪਰੇਸ਼ਨ ਹੋਣਾ ਹੈ, ਉਹਦੇ ਲਈ ਕਿੰਨਾ ਕੁ ਦੱਸਿਆ ਸੀ ਕਿੰਨਾ ਖਰਚਾ ਹੋਇਆ ਓਪਰੇਸ਼ਨ? ਅੱਛਾ, ਇਹਦਾ ਹੁਣ ਓਪਰੇਸ਼ਨ ਹੋਣਾ, ਉਹ ਅਸੀਂ ਪਤਾ ਕਰਾਂਗੇ ਕਿੰਨਾ ਖਰਚਾ ਆਊਗਾ। ਇਹ ਤਾਂ ਵਿਚਾਰੇ ਘਰ ਬੇਵੱਸ ਹੋ ਕੇ ਬੈਠੇ, ਕਿਉਂਕਿ ਕਹਿੰਦੇ ਸਾਡੇ ਕੋਲ ਕੁਛ ਵੀ ਨਹੀਂ ਹੈਗਾ ਟ੍ਰੀਟਮੈਂਟ ਕਰਵਾਉਣ ਵਾਸਤੇ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਵੀਡੀਓ ਦੇਖ ਰਹੇ ਆ, ਇਹ ਪਰਿਵਾਰ ਦਾ ਤੁਹਾਨੂੰ ਪੂਰਾ ਐਡਰੈਸ ਦੇ ਦਾਂਗੇ, ਇਹਨਾਂ ਤੋਂ ਬੈਂਕ ਦਾ ਖਾਤਾ ਨੰਬਰ ਵੀ ਪੁੱਛ ਕੇ ਜਾਵਾਂਗੇ, ਉਹ ਤੁਹਾਨੂੰ ਸਕਰੀਨ 'ਤੇ ਦਿਖਾ ਦਾਂਗੇ। ਤਾਂ ਮੈਂ ਬੇਨਤੀ ਕਰਦਾ ਕਿ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ, ਕੋਈ ਪਰਿਵਾਰ ਦੇ ਵਿੱਚ ਕੌਣ ਕੌਣ ਆਪਣਾ ਮੈਂਬਰ ਪਰਿਵਾਰ? ਤਿੰਨ ਹੀ ਆ ਸੀ, ਇੱਕ ਬੱਚਾ ਦਾ ਅਸ਼ਦਾਨੀ ਜੀ ਅਸੀਂ ਆ। ਤਿੰਨ? ਅੱਛਾ, ਤੁਹਾਡਾ ਇੱਕੋ ਹੀ ਬੱਚਾ? ਹਾਂ, ਇੱਕੋ ਹੀ ਹੈ ਜੀ। ਅੱਛਾ ਠੀਕ ਹੈ, ਤੇ ਕੁੜੀਆਂ ਵੀ ਹੈਗੀਆਂ? ਹਾਂ, ਕੁੜੀਆਂ ਬਹਿਣਾ ਜੀ, ਦੋ ਕੁੜੀਆਂ ਬਹਿਣੀਆਂ ਜੀ, ਇੱਕ ਰਹਿੰਦੀ ਜੀ। ਅੱਛਾ, ਇੱਕ ਕੁੜੀ ਹਜੇ ਕੁਆਰੀ ਹੈ? ਹਾਂ, ਠੀਕ ਹੈ। ਕਿਰਪਾ ਕਰਕੇ ਜ਼ਰੂਰ ਇਹ ਵੀਡੀਓ ਨੂੰ ਸ਼ੇਅਰ ਕਰੋ, ਤਾਂ ਕਿ ਕੋਈ ਜਿਹੜੀ ਇਹਨਾਂ ਦੀ ਵੀਡੀਓ ਕਿਸੇ ਦਾਨੀ ਸੱਜਣ ਕੋਲ ਪਹੁੰਚੇ ਅਤੇ ਇਹਨਾਂ ਦੇ ਬੱਚੇ ਦਾ ਇਲਾਜ ਹੋ ਸਕੇ। ਅਤੇ ਜਿਹੜਾ ਜਿਵੇਂ ਇਹਦੀ ਹਾਲਾਤ ਨੇ, ਜਿਹੜੇ ਹਿਸਾਬ ਨਾਲ ਉਸਨਾਂ ਨੂੰ ਲੱਗਦਾ ਕਿ ਕਾਫੀ ਖਰਚਾ ਆਊਗਾ, ਤਾਂ ਕਿਰਪਾ ਕਰਕੇ ਇਹਨਾਂ ਜ਼ਰੂਰ ਮਦਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।